ਆਪਣੀ ਬਰਾਦਰੀ ਦਾ ਬੰਦਾ ਹੈਗੇ ਕੋਹਲੀ ਸੁਲਤਾਨਪੁਰ ਦੇ ਚਿੱਡੇ ਜਲੰਧਰ ਦੇ ਹਾਂਡੇ ਆਪਣੀ ਗੁਰਤਾ ਜਿਹੜੀਆਂ ਹੈਗੀਆਂ ਜੀ ਹਾਂਡੇ ਬਟਾਲੇ ਦੇ ਬਟਾਲੇ ਤੇ ਕਾਫੀ ਹਾਂਡੇ ਆ ਹਾਂਜੀ ਬਾਕੀ ਮਹਿੰਦਰੂ ਜਿਹੜੇ ਸੀਗੇ ਕੋਈ ਅੰਮ੍ਰਿਤਸਰ ਦੇ ਕੋਈ ਕਿਤੇ ਦੇ ਕਿਤੇ ਇੱਦਾਂ ਆਪਣੇ ਬਾਰਾਂ ਯਾਨੀ ਸਾਡੇ ਬਜ਼ੁਰਗਾਂ ਨੇ ਇਹ ਬਾਰਾਂ ਜਿਹੜੇ ਜਾਤਾਂ ਸੀਗੀਆਂ ਚੰਗੀ ਚੰਗੀਆਂ ਜਿਹੜੀਆਂ ਚੰਗੀ ਚੰਗੀ ਸੀ ਖੱਤਰੀ ਉਹਦੇ ਵਿੱਚ ਕੱਢ ਗਏ ਇਹ ਜਾਤਾਂ ਇਹ ਜੁੜੀਆਂ ਬਣੀਆਂ ਹਾਂਜੀ ਇਹ ਬਾਹਰੀ ਹੈ ਹਾਂਜੀ ਇੱਕ ਵਾਰੀ ਇਸ ਗੱਲ ਰੌਲਾ ਪੈ ਗਿਆ ਸਾਡੀ ਆਪਣੇ ਆਹੋ ਮੁੰਡਾ ਮੰਗ ਹੋਇਆ ਹਾਂਜੀ ਮੁੰਡਾ ਮੰਗ ਹੋਇਆ ਜਲੰਧਰ ਜਲੰਧਰ ਮੰਗ ਹੋਇਆ ਸੀ ਮੁੰਡੇ ਦਾ ਸੀ ਸੋਹਣਾ ਸੀਗਾ ਮੁੰਡੇ ਦਾ ਕਲਕੱਤੇ ਅੱਛਾ ਜੀ ਆਪਣੇ ਬਰਾਦਰੀ ਦਾ ਸੀਗਾ ਹਾਂਜੀ ਉਹ ਕਲਕੱਤੇ ਦਾ ਸੀਗਾ ਤਾਂ ਮੁੰਡਾ ਮੰਗ ਹੋਇਆ ਜਲੰਧਰ ਜਲੰਧਰ ਵਿੱਚ ਜਿਹਦੇ ਆ ਗਏ ਉਹਦਾ ਬਾਬਾ ਬੰਨੇ ਨਾ ਮੈਂ ਤਾਂ ਕਹਿੰਦਾ ਵਿਆਹ ਕਰਨਾ ਇਹ ਤਾਂ ਸੁਣਿਆ ਰਹੇ ਹੈ ਹਾਂਜੀ ਆਹ ਦੇਖੋ ਉਹਦਾ ਬਾਬਾ ਕਹਿੰਦਾ ਕੁੜੀ ਦਾ ਕਹਿੰਦਾ ਇਹ ਤਾਂ ਸੁਣਿਆ ਰਹੇ ਹੈ ਸੁਣਿਆ ਰਹੇ ਹਾਂਜੀ ਸਾਡਾ ਮਾਮਾ ਆਇਆ ਲਾਹੌਰੋਂ ਹਾਂਜੀ ਉਹ ਸੈਕਟਰੀ ਸੀਗੀ ਸੈਕਟਰੀ ਸੀਗਾ ਆਲ ਇੰਡੀਆ ਖੱਤੀ ਸਭਾ ਦਾ ਅੱਛਾ ਮੇਰਾ ਮਾਮਾ ਹਾਂਜੀ ਉਹਨਾਂ ਦਾ ਨਾਂ ਕੀ ਸੀਗਾ ਹਾਂਜੀ ਉਹਨਾਂ ਦਾ ਨਾਂ ਕੀ ਸੀਗਾ ਉਹਨਾਂ ਨਾਂ ਸੀਗਾ ਕੀ ਨਾਂ ਸੀ ਬੱਡੇ ਦਾ ਕਿਸ਼ਨ ਚੰਦ ਹਾਂ ਕਿਸ਼ਨ ਚੰਦ ਕਿਸ਼ਨ ਚੰਦ ਉਹ ਸੈਕਟਰੀ ਸੀਗਾ ਆਲ ਇੰਡੀਆ ਖੱਤਰੀ ਸਭਾ ਦਾ ਹਾਂਜੀ ਉਹ ਆਇਆ ਇੱਥੇ ਆਇਆ ਜਲੰਧਰ ਆ ਕੇ ਉਹ ਸਾਰੀ ਕਿਤਾਬਾਂ ਚੱਕ ਲਿਆ ਹਾਂਜੀ ਉਹਨੂੰ ਕਹਿਣ ਲੱਗਾ ਵੀ ਸੁਣਿਆ ਜਾਗਾ ਇਹ ਪੇਸ਼ਾ ਜ਼ਾਤ ਕੀ ਹੈ ਫਿਰ ਚੁੱਪ ਕਰ ਗਿਆ ਬੁੱਢਾ ਉਹ ਕੁਝ ਵਾਲ ਦੇ ਸਕਿਆ ਕਹਿੰਦਾ ਜ਼ਾਤ ਹੋਰ ਚੀਜ਼ ਹੈ ਪੇਸ਼ਾ ਹੋਰ ਚੀਜ਼ ਹੈ ਜੇ ਸੁਣਿਆ ਕੰਮ ਕਰਦੇ ਆ ਉਹ ਮਾੜੇ ਹੈ ਉਹ ਚਮੜੇ ਦਾ ਕੰਮ ਕਰਦੇ ਆ ਇਹ ਖੱਤਰੀ ਤੁਹਾਡੇ ਉਹ ਖੱਤਰੀ ਹੈ ਪਾਂਚ ਸਕਿੰਟ ਵੇਚਦੇ ਉਹ ਖੱਤਰੀ ਹੈ ਇਹ ਸੁਣਿਆ ਦਾ ਕੰਮ ਕਰ ਰਹੇ ਹੋ ਜੇ ਸੋਹਣਾ ਜੇ ਸੋਹਣਾ ਡਾਲ ਹਮੇਸ਼ਾ ਕਰਦੇ ਬੰਨਦੇ ਹੈ ਬਣਾਉਂਦੇ ਹੈ ਇਹ ਖੱਤਰੀ ਕਿਤੇ ਹੋ ਸਕਦੇ ਇਹ ਸੁਣਿਆ ਕੰਮ ਜੋ ਹੈਗਾ ਇਹ ਹੈ ਪੇਸ਼ਾ ਪ੍ਰੋਫੈਸ਼ਨ ਪ੍ਰੋਫੈਸ਼ਨ ਹੋਰ ਚੀਜ਼ ਹੈ ਜ਼ਾਤ ਹੋਰ ਚੀਜ਼ ਹੈ ਪੇਸ਼ਾ ਕੋਈ ਹੁਣ ਆਪਣੇ ਕੀ ਕੰਮ ਨਹੀਂ ਕਰਦੇ ਬੜੇ ਬੜੇ ਅਫਸਰ ਲੱਗੇ ਹੋਏ ਜਿਹੜੇ ਸਾਡੇ ਬਾਹਰੀ ਹੈਗੇ ਹੈ ਬੜੇ ਬੜੇ ਅਫਸਰ ਲੱਗੇ ਹੋਏ ਹੈ ਬੜੇ ਬੜੇ ਕਾਰਖਾਨੇ ਲੱਗੇ ਹੋਏ ਹੈ ਬੜਾ ਬੜਾ ਕੰਮ ਹੈਗਾ ਕਿਆ ਉਹ ਖੱਤਰੀ ਨਹੀਂ